ਮੈਂ ਮੌਂਟੀ ਵੀਰ ਜੀ ਨੂੰ ਪਹਿਲੇ ਵੀ ਤੁਸੀਂ ਜੋ ਕਿ ਜੋ ਕਰਨਜੀਤ ਕੌਰ ਦੇ ਮਾਮਲੇ ਤੇ ਵੀ ਤੁਸੀਂ ਕਾਰਵਾਈ ਕੀਤੀ ਸੀ ਲੀਗਲ ਨੋਟਿਸ ਵੀ ਭੇਜਿਆ ਸੀਗਾ ਪਰ ਉਸ ਦੇ ਬਾਵਜੂਦ ਵੀ ਸੀਰੀਜ਼ ਦਾ ਸੈਕੰਡ ਸੀਜ਼ਨ ਵੀ ਆ ਰਿਹਾ ਹੁਣ ਤੁਸੀਂ ਇਹ ਲਗਾਤਾਰ ਦੁਬਾਰਾ ਹਮਲਾ ਹੋਇਆ ਕੀ ਸਮਝਦੇ ਦੇਖੋ ਵੀਰ ਜੀ ਵੈਬ ਸੀਰੀਜ਼ ਦੇ ਸਾਡੀ ਕਾਫੀ ਉੱਚੀ ਲੜਾਈ ਗਈ ਸੀ ਤੇ ਵੈਬ ਸੀਰੀਜ਼ ਦੇ ਵਿੱਚ ਇੱਕੋ ਹੀ ਅੜਚਨ ਪੈਦਾ ਹੋ ਰਹੀ ਸੀ ਕਿ ਵੈਬ ਸੀਰੀਜ਼ ਜਿਹੜੀ ਹੈ ਉਹ ਕਾਨੂੰਨ ਦੇ ਤਹਿਤ ਨਹੀਂ ਆਉਂਦੀ ਹਿੰਦੁਸਤਾਨ ਦੇ ਕਾਨੂੰਨ ਦੇ ਤਹਿਤ ਅਗਰ ਉਹ ਲੰਡਨ ਤੋਂ ਟੈਲੀਕਾਸਟ ਹੋ ਰਹੀ ਹੈ ਤੇ ਉਹ ਉਹਦੇ ਵਿੱਚ ਇੰਡੀਅਨ ਜੁਡੀਸ਼ਰੀ ਕੁਝ ਨਹੀਂ ਕਰ ਸਕਦੀ ਮੈਂ ਮੌਂਟੀ ਵੀਰ ਜੀ ਦੀ ਗੱਲ ਨੂੰ ਥੋੜ੍ਹਾ ਜਿਹਾ ਠੀਕ ਕਰਾਂਗਾ ਮੈਂ ਕੱਟ ਨਹੀਂ ਰਿਹਾ ਸਰ ਤੁਹਾਡੀ ਗੱਲ ਨੂੰ ਮਗਰ ਇਹ ਕਹਿ ਰਹੇ ਨੇ ਕਿ ਐਸ ਜੀ ਪੀ ਸੀ ਦੀ ਔਰ ਡੀ ਐਸ ਜੀ ਐਮ ਸੀ ਦੀ ਅਪਰੂਵਲ ਲਿੱਤੀ ਜਾਵੇ ਮਗਰ ਮੈਨੂੰ ਕਹਿੰਦੇ ਬੜਾ ਅਫਸੋਸ ਹੋ ਰਿਹਾ ਹੈ ਕਿ ਨਾਨਕ ਸ਼ਾਹ ਫਕੀਰ ਮੂਵੀ ਜਿਹੜੀ ਪਿੱਛੇ ਸਾਰੀ ਦਿੱਲੀ ਦੀ ਸਿੱਖ ਸੰਗਤ ਨੇ ਰੁਕਵਾਈ ਸੀਗੀ ਉਹਨੂੰ ਐਸ ਜੀ ਪੀ ਸੀ ਨੇ ਕਲੀਅਰ ਕਲੀਨ ਚਿੱਟ ਦਿੱਤੀ ਸੀ ਤੁਸੀਂ ਰਿਲੀਜ਼ ਕਰ ਲਓ ਉੱਥੇ ਸਭ ਵਿਕਾਊ ਮਾਲ ਬੈਠਾ ਹੈ ਉਹਨਾਂ ਨੂੰ ਪੈਸੇ ਦਿਓ ਜਿਹੜੀ ਮਰਜ਼ੀ ਫਿਲਮ ਰਿਲੀਜ਼ ਕਰਵਾ ਲਓ ਔਰ ਸੰਤਾ ਬੰਤਾ ਮੂਵੀ ਅਸੀਂ ਰੁਕਵਾਈ ਅਸੀਂ ਕੀ ਰੁਕਵਾਈ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਦਿੱਲੀ ਦੀ ਸਾਰੀ ਸਿੱਖ ਸੰਗਤ ਨੇ ਮਿਲ ਕੇ ਕੋਈ ਵੀ ਇਸ ਤਰ੍ਹਾਂ ਦੀਆਂ ਬਹੁਤੀ ਫਿਲਮਾਂ ਜਿਹੜੀਆਂ ਨੇ ਔਰ ਦਿੱਲੀ ਵਿੱਚ ਰਿਲੀਜ਼ ਨਹੀਂ ਹੋਣ ਦਿੱਤੀਆਂ ਔਰ ਅਸੀਂ ਗੁਰੂ ਮਹਾਰਾਜ ਦੇ ਇਸ ਵੇਲੇ ਦਰਬਾਰ ਤੇ ਖੜੇ ਹਾਂ ਅਸੀਂ ਇੱਥੇ ਕਸਮ ਖਾ ਕੇ ਜਾਂਦੇ ਹਾਂ ਅੱਜ ਦਿੱਲੀ ਦੀ ਸੰਗਤ ਨੂੰ ਵਚਨ ਦੇ ਕੇ ਜਾਂਦੇ ਹਾਂ ਮੌਂਟੀ ਵੀਰ ਜੀ ਅਸੀਂ ਸਾਰੇ ਜਿੰਨੇ ਜਥੇਬੰਦੀਆਂ ਤੇ ਖੜੇ ਹਾਂ ਕਿ ਇਹ ਜਿਹੜੀ ਫਿਲਮ ਮਨਮਰਜ਼ੀਆਂ ਫਿਲਮ ਹੈਗੀ ਹੈ ਇਹ ਕੱਲ੍ਹ ਤੋਂ ਆ ਸਿਨੇਮਾ ਹਾਲ ਦੇ ਵਿੱਚ ਨਹੀਂ ਰਹੇਗੀ ਔਰ ਅਗਰ ਕਿਸੇ ਵੀ ਸਿਨੇਮਾ ਹਾਲ ਜਿਹੜੇ ਵੀ ਓਨਰ ਹੈਗੇ ਨੇ ਇਹ ਚੀਜ਼ ਤੁਸੀਂ ਸਾਰੇ ਸੁਣ ਲਵੋ ਕਿਸੇ ਨੇ ਵੀ ਅਗਰ ਇਹ ਫਿਲਮ ਚਲਾਈ ਕੱਲ੍ਹ ਤੋਂ ਆਪਣੇ ਸ਼ੋਅ ਦੇ ਵਿੱਚ ਕਿਸੇ ਵੀ ਸ਼ੋਅ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਤੁਹਾਡੇ ਸਿਨੇਮਾ ਹਾਲ ਦਾ ਜੋ ਵੀ ਨੁਕਸਾਨ ਹੋਏਗਾ ਜੋ ਵੀ ਕੁਝ ਹੋਣਾ ਹੈ ਉਹਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਅਸੀਂ ਨਹੀਂ ਹੋਵਾਂਗੇ ਅਸੀਂ ਤੁਹਾਨੂੰ ਇੱਕ ਕਲੀਅਰ ਓਪਨ ਵਾਰਨਿੰਗ ਦੇ ਰਹੇ ਹੈਗੇ ਹਾਂ ਅਸੀਂ ਕੋਈ ਕਾਨੂੰਨ ਨਹੀਂ ਦੇਖ ਰਹੇ ਅਸੀਂ ਕੋਈ ਐਸ ਜੀ ਪੀ ਸੀ ਨੂੰ ਨਹੀਂ ਦੇਖ ਰਹੇ ਅਸੀਂ ਕੋਈ ਡੀ ਐਸ ਜੀ ਐਮ ਸੀ ਨੂੰ ਦੇਖ ਰਹੇ ਸਭ ਵਿਕਾਊ ਮਾਲ ਹੈਗਾ ਅਸੀਂ ਦਿੱਲੀ ਦੀ ਸੰਗਤ ਇਸ ਵੇਲੇ ਸਾਰੀ ਇੱਥੇ ਇਕੱਠੇ ਹੈਗੇ ਹਾਂ ਅਸੀਂ ਇੱਥੋਂ ਦੀ ਪ੍ਰਣ ਕਰਕੇ ਜਾ ਰਹੇ ਹਾਂ ਕਿ ਕੱਲ੍ਹ ਤੋਂ ਫਿਲਮ ਜਿਹੜੀ ਹੈਗੀ ਹੈ ਉਹ ਸਿਨੇਮਾ ਹਾਲ 'ਚ ਨਹੀਂ ਲੱਗੇਗੀ ਔਰ ਇੱਕ ਜਕਾਰੇ ਦੇ ਨਾਲ ਅਸੀਂ ਇਸ ਚੀਜ਼ 'ਤੇ ਸਾਰੇ ਹਾਮੀ ਭਰਾਂਗੇ ਕੱਲ੍ਹ ਤੋਂ ਫਿਲਮ ਨਹੀਂ ਲੱਗਾਂਗੇ ਬੜਾ ਇਸ ਨਾਲ